ਜੀ, ਮੇਰਾ ਨਾਮ ਹੈ ਜੀ ਗੌਰਵ ਪਹਿਲਵਾਨ, ਠੀਕ ਹੈ ਜੀ। ਅਤੇ ਅਸੀਂ ਜਾਇਕਾ ਦੇ ਰਹੇ ਹਾਂ ਲਾਹੌਰ ਦਾ। ਇਹਦੇ 'ਚ ਤਾਂ ਦੇ ਰਹੇ ਹਾਂ ਜੀ ਦੇਸੀ ਘਿਓ ਦਾ ਕੜਾਹ, ਸਪੈਸ਼ਲ ਮਾਲ ਪੂੜਾ ਅਤੇ ਕਚੋਰੀ ਜੀ। ਟੇਸਟ ਤੇਰਾ ਤਾਂ ਬਹੁਤ ਵਧੀਆ, ਮੈਂ ਪਿਛਲੇ 8-10 ਸਾਲ ਤੋਂ ਲਗਾਤਾਰ ਹੀ ਆ ਰਿਹਾ। ਐਂ ਹਫ਼ਤੇ 'ਚ ਮੇਰਾ ਇੱਕ ਦਾ ਚੱਕਰ ਹੁੰਦਾ ਹੀ ਹੈ, ਇੱਧਰ ਆਓ ਅਤੇ ਗੋਰੇ ਭਲਵਾਨ ਦੇ ਦਰਸ਼ਨ ਨਾ ਕਰਕੇ ਜਾਈਏ, ਇਹ ਹੋ ਨਹੀਂ ਸਕਦਾ। ਮੇਰਾ ਪਿਛਲੇ ਮਹੀਨੇ ਤੋਂ ਐਕਸੀਡੈਂਟ ਹੋਇਆ ਹੋਇਆ ਅਤੇ ਮੈਂ ਬੈਲਟ ਲੱਗੀ ਹੋਈ ਔਰ ਪਹਿਲੇ ਦਿਨ ਹੀ ਬਾਈਕ ਪਕੜੀ ਔਰ ਇੱਥੇ ਆ ਗਿਆ ਮੈਂ ਇਹਨਾਂ ਕੋਲ। ਇਹ ਜਿਹੜਾ ਮਾਲ ਪੂੜਾ ਹੈਗਾ ਸਭ ਤੋਂ ਪਹਿਲਾਂ ਬਣਾਉਣ ਵਾਲੇ ਹੀਗੇ, ਇਹਨੂੰ ਕਹਿੰਦੇ ਜੰਬੋ ਸੈ। ਜਲੰਧਰ ਤੋਂ ਮੈਂ ਆਇਆ, ਇਹਨਾਂ ਦਾ ਟੇਸਟ ਲਾਜਵਾਬ ਹੈ, ਕੜਾਹ ਇਹਨਾਂ ਦਾ ਔਰ ਉਸ ਤੋਂ ਬਾਅਦ ਨਾਲ ਇਹਨਾਂ ਦਾ ਮਾਲ ਪੂੜਾ, ਕਿਆ ਬਾਤ ਹੈ। ਅਸੀਂ ਸਵੇਰੇ ਆਏ ਨੇ ਭਾਅ ਜੀ 6 ਵਜੇ, 6 ਵਜੇ ਤੋਂ ਲੈ ਕੇ 10:30 ਵਜੇ ਤੱਕ ਦਾ ਟਾਈਮ ਹੁੰਦਾ, ਪਰ 10:30 ਵਜੇ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ। ਕਈਆਂ ਨੂੰ ਮਿਲਦਾ, ਕਈਆਂ ਨੂੰ ਨਹੀਂ ਵੀ ਮਿਲਦਾ। ਕੁਆਲਿਟੀ 10 of 10 ਹੈ। ਨਮਸਕਾਰ ਜੀ, ਮੇਰਾ ਨਾਮ ਹੈ ਜੀ ਗੌਰਵ ਪਹਿਲਵਾਨ, ਠੀਕ ਹੈ ਜੀ। ਅਤੇ ਅਸੀਂ ਜਾਇਕਾ ਦੇ ਰਹੇ ਹਾਂ ਲਾਹੌਰ ਦਾ। ਸਾਨੂੰ ਹੋ ਗਏ ਭਾਅ ਜੀ ਕੋਈ 45-46 ਸਾਲ ਹੋ ਗਏ ਸਾਨੂੰ, ਸੈਕਿੰਡ ਜਨਰੇਸ਼ਨ ਹੈਗੀ ਹੈ। ਮੈਨੂੰ ਹੋ ਗਏ 15 ਸਾਲ, 10 ਸਾਲ ਦੀ ਉਮਰ 'ਤੇ ਗਿਆ ਸੀ ਜਦੋਂ ਮੈਂ ਆ ਗਿਆ ਸੀ। ਇਹਦੇ 'ਚ ਤਾਂ ਦੇ ਰਹੇ ਹਾਂ ਜੀ ਦੇਸੀ ਘਿਓ ਦਾ ਕੜਾਹ, ਸਪੈਸ਼ਲ ਮਾਲ ਪੂੜਾ ਅਤੇ ਕਚੋਰੀ। ਇਹ ਜਿਹੜਾ ਮਾਲ ਪੂੜਾ ਹੈਗਾ ਸਭ ਤੋਂ ਪਹਿਲਾਂ ਬਣਾਉਣ ਵਾਲੇ ਹੀਗੇ, ਇਹਨੂੰ ਕਹਿੰਦੇ ਜੰਬੋ ਸੈਜ਼। ਸਭ ਤੋਂ ਪਹਿਲਾਂ ਵੱਡਾ ਮਾਲ ਪੂੜਾ ਬਣਾਉਣ ਵਾਲੇ ਅਸੀਂ। ਕੜਾਹ ਹੈ ਭਾਅ ਜੀ ਦੇਸੀ ਘਿਓ ਅਤੇ ਸੂਜੀ ਅਤੇ ਖੰਡ ਉਹਦੇ ਨਾਲ ਤਿਆਰ ਹੁੰਦਾ, ਅਤੇ ਜਿਹੜੇ ਪੂੜੇ ਹੈਗੇ ਆ ਉਹ ਹੁੰਦੇ ਆ ਸੂਜੀ ਦੇ ਥੋਏ ਨਾਲ, ਅਤੇ ਕਚੋੜੀ ਜਿਹਦੀ ਕੀ ਹੈ, ਕਚੋੜੀ ਸਾਡੀ ਤਿਆਰ ਹੁੰਦੀ ਹੈ, ਅੰਦਰ ਹੁੰਦੀ ਹੈ ਇਹਦੀ ਦਾਲ ਦੀ ਸਟਫਿੰਗ ਵਿੱਚ ਖੜ੍ਹੇ ਮਸਾਲੇ ਅਤੇ ਨਾਲ ਹਰੀਆਂ ਮਿਰਚਾਂ ਅਦਰਕ ਬੜਾ ਕੁਛ ਪੈਂਦਾ ਮਸਾਲੇ ਵਿੱਚ ਇਹਦੇ। ਜੀ ਟੇਸਟ ਤੇਰਾ ਤਾਂ ਬਹੁਤ ਵਧੀਆ, ਮੈਂ ਪਿਛਲੇ 8-10 ਸਾਲ ਤੋਂ ਲਗਾਤਾਰ ਹੀ ਆ ਰਿਹਾ। ਐਂ ਹਫ਼ਤੇ 'ਚ ਮੇਰਾ ਇੱਕ ਦਾ ਚੱਕਰ ਹੁੰਦਾ ਹੀ ਹੈ, ਇੱਧਰ ਆਓ ਅਤੇ ਗੋਰੇ ਭਲਵਾਨ ਦੇ ਦਰਸ਼ਨ ਨਾ ਕਰਕੇ ਜਾਈਏ, ਇਹ ਹੋ ਨਹੀਂ ਸਕਦਾ। ਕਿਉਂਕਿ ਇਹਨਾਂ ਦਾ ਟੇਸਟ ਮਤਲਬ ਕਿ ਸਾਡੇ ਰਚ ਗਿਆ ਹੋਇਆ। ਇਹਨਾਂ ਦਾ ਮਤਲਬ ਕਿ ਕੁਆਲਿਟੀ, ਪਿਓਰਿਟੀ, ਇਹਦਾ ਫਰੈਸ਼ਨੈਸ ਹਮੇਸ਼ਾ ਹੀ ਮਤਲਬ ਜਦੋਂ ਆਈਦਾ ਇੱਕ ਨਾ ਟੇਸਟ ਸੇਮ ਜਿਹਾ ਹੀ ਰਹਿੰਦਾ, ਮਜ਼ਾ ਆਉਂਦਾ ਖਾਣ ਦਾ। ਜਦੋਂ ਗਾਹਕਾਂ ਦੀ ਰਿਸਪੈਕਟ ਕਰਨੀ ਆਪਾਂ, ਹਰ ਕਿਸੇ ਨੂੰ ਪਿਆਰ ਨਾਲ ਬੋਲਣਾ, ਉੱਤੋਂ ਸਮਾਨ ਵੀ, ਚਲੋ ਅਸੀਂ ਕੀ ਕਹਿਣਾ, ਗਾਹਕ ਹੀ ਦੱਸਣਗੇ ਵਧੀਆ ਕਿ ਕੀ ਕਿੱਦਾਂ ਦਾ। ਜਦੋਂ ਅਸੀਂ ਗਾਹਕ ਨੂੰ ਪੂਰਾ ਰਿਸਪੈਕਟ ਦੇਣੀ ਤਾਂ ਗਾਹਕ ਨੇ ਸਾਡੇ ਕੋਲ ਹੀ ਆਉਣਾ। ਅਸੀਂ ਸਵੇਰੇ ਆਏ ਨੇ ਭਾਅ ਜੀ 6 ਵਜੇ, 6 ਵਜੇ ਤੋਂ ਲੈ ਕੇ 10:30 ਵਜੇ ਤੱਕ ਦਾ ਟਾਈਮ ਹੁੰਦਾ, ਪਰ 10:30 ਵਜੇ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ। ਕਈਆਂ ਨੂੰ ਮਿਲਦਾ, ਕਈਆਂ ਨੂੰ ਨਹੀਂ ਵੀ ਮਿਲਦਾ। ਕੁਛ ਮਿੱਠਾ ਖਾਣ ਦੀ ਕਰੇਵਿੰਗ ਹੋ ਰਹੀ ਸੀਗੀ, ਬਟ ਮੇਰਾ ਪਿਛਲੇ ਮਹੀਨੇ ਤੋਂ ਐਕਸੀਡੈਂਟ ਹੋਇਆ ਹੋਇਆ ਅਤੇ ਮੈਂ ਬੈਲਟ ਲੱਗੀ ਹੋਈ ਔਰ ਪਹਿਲੇ ਦਿਨ ਹੀ ਬਾਈਕ ਪਕੜੀ ਔਰ ਇੱਥੇ ਆ ਗਿਆ ਮੈਂ ਇਹਨਾਂ ਕੋਲ ਕਿ ਵੀਰ ਕੋਲ ਜਾਈਏ, ਸਵੇਰੇ ਸਵੇਰੇ ਬਾਅਦ ਵਿੱਚ ਕੁਛ ਮਿਲਦਾ ਨਹੀਂ ਹੈ। ਮੈਂ ਬੈਲਟ ਲੱਗੀ ਹੋਈ ਹੈ, ਮੈਨੂੰ ਮਤਲਬ ਡਰਾਈਵ ਕਰਨ ਤੋਂ ਵੀ ਮਨਾਈ ਹੈ, ਪਰ ਮੈਂ ਅੱਜ ਬੈਲਟ ਲਗਾ ਕੇ ਆ ਗਿਆ ਵਾਂ ਇੱਥੇ। ਐਡਵਾਂਸ ਹੀ ਬੁਕਿੰਗ ਆਉਣੀ ਸ਼ੁਰੂ ਹੋ ਜਾਂਦੀ, ਸਵੇਰੇ ਫੋਨ ਆਉਣੇ ਸ਼ੁਰੂ ਹੋ ਜਾਂਦੇ 5:30 ਵਜੇ। ਕੋਈ ਕਹਿੰਦਾ ਮੇਰਾ ਇੰਨਾ ਪੂੜਾ ਰੱਖ ਦੇਣਾ, ਕੋਈ ਕਹਿੰਦਾ ਮੇਰਾ ਇੰਨਾ ਕੜਾਹ ਰੱਖ ਦੇਣਾ, ਕੋਈ ਕਹਿੰਦਾ ਮੇਰੀ ਇੰਨੀਆਂ ਕਚੋੜੀਆਂ ਰੱਖ ਲੈਣਾ। ਹੁਣ ਜਿਵੇਂ ਕੋਈ ਗਾਹਕ ਇਕੱਠਾ ਆ ਗਿਆ, 5-6 ਕਿਲੋ ਕੜਾਹ ਲੈਣ, 100-150 ਕਚੋੜੀ ਲੈਣ, ਉਹ ਫਿਰ ਖਤਮ ਹੋ ਜਾਂਦਾ ਸਮਾਨ ਜਲਦੀ। ਗੁਰੂ ਦੀ ਨਗਰੀ 'ਚ ਲੋਕਾਂ ਦਾ ਪਿਆਰ ਕਿੱਦਾਂ ਦਾ ਮਿਲਿਆ? ਬਹੁਤ ਜ਼ਿਆਦਾ ਭਾਅ ਜੀ, ਬਹੁਤ ਜ਼ਿਆਦਾ, ਜਿੰਨਾ ਕਹਾਂ ਉਨਾ ਹੀ ਥੋੜ੍ਹਾ ਹੈ। ਇਹਨਾਂ ਦਾ ਫੂਡ ਬਹੁਤ ਹੀ ਟੇਸਟੀ ਔਰ ਮੈਨੂੰ ਮੇਰੇ ਭਤੀਜਾ ਸਾਹਿਬ ਨੇ ਦੱਸਿਆ ਸੀ, ਇੱਥੇ ਜਲੰਧਰ ਤੋਂ ਮੈਂ ਆਇਆ। ਇਹਨਾਂ ਦਾ ਟੇਸਟ ਲਾਜਵਾਬ ਹੈ, ਕੜਾਹ ਇਹਨਾਂ ਦਾ ਔਰ ਉਸ ਤੋਂ ਬਾਅਦ ਨਾਲ ਇਹਨਾਂ ਦਾ ਮਾਲ ਪੂੜਾ, ਕਿਆ ਬਾਤ ਹੈ। ਖਾ ਕੇ ਮਜ਼ਾ ਆ ਗਿਆ ਔਰ ਵਾਕਿਆ ਜੋ ਇਹਨਾਂ ਨੇ ਤਾਰੀਫ ਸੁਣੀ ਸੀ ਉੱਤੋਂ ਵੀ ਉੱਤੇ ਹੈ ਕੰਮ ਇਹਨਾਂ ਦਾ। ਮੈਂ ਕਹਿੰਦਾ ਭਾਅ ਜੀ, ਹੁਣ ਜਿਹੜੇ ਆਪਣੇ ਇੱਥੋਂ ਸ਼ਹਿਰੀ ਗਏ ਨੇ, ਕਨੇਡਾ ਅਮਰੀਕਾ, ਇੰਗਲੈਂਡ, ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆਈ ਹੈ, ਆਪਣੇ ਲਾਗੇ ਲੁਧਿਆਣੇ, ਬਟਾਲੇ, ਬਠਿੰਡੇ, ਫਿਰੋਜ਼ਪੁਰ, ਕਈ ਦੇ ਪਿੱਛੇ ਆਏ ਸੀ, ਇੱਕ ਸਿੰਘ ਸਾਹਿਬ ਆਏ ਸੀ, ਉਹ ਕਹਿੰਦੇ ਮੈਂ ਬਰਨਾਲੇ ਤੋਂ ਆਇਆ ਮੋਟਰਸਾਈਕਲ 'ਤੇ, ਸਵੇਰੇ 4 ਵਜੇ ਦਾ ਨਿਕਲੇ ਹਾਂ। ਇਹ ਕਿ ਇਹਨਾਂ ਕੋਲ ਕੋਈ ਚੀਜ਼ ਮਾੜੀ ਨਹੀਂ ਮਿਲਣੀ, ਈਵਨ ਦੇਖੋ ਤੁਸੀਂ ਬਰਾਸ ਦੀਆਂ ਹੀ ਸਾਰੀਆਂ ਯੂਟੈਂਸਿਲਸ ਹੈਗੇ, ਇਹਨਾਂ ਦੇ ਭਾਂਡੇ ਵੀ ਨੇ,
ਲੋਕ ਅੱਜ ਕੱਲ੍ਹ ਆਮ ਸਿਲਵਰ ਵਗੈਰਾ ਇਹ ਉਹ ਯੂਜ਼ ਕਰਦੇ ਆ, ਜੋ ਵੀ ਉਹਨਾਂ ਦਾ ਪੁਰਾਣਾ ਚੱਲ ਰਿਹਾ ਟ੍ਰੈਡੀਸ਼ਨਲ, ਉਹ ਸਭ ਕੁਛ ਹੈ ਔਰ ਅੱਛੀ ਚੀਜ਼ਾਂ ਨੇ, ਇਹ ਖਾਣੀਆਂ ਚਾਹੀਦੀਆਂ ਬੰਦੇ ਨੂੰ, ਇਹ ਮੌਸਮੀ ਚੀਜ਼ਾਂ ਨਹੀਂ। ਉਹ ਜਦੋਂ ਸਵਾਦ ਦੇਖਣਾ ਆਉਂਦਾ ਫਿਰ ਫੈਟ ਦਾ ਨਹੀਂ ਧਿਆਨ ਦਿੱਤਾ ਜਾਂਦਾ। ਔਰ ਕਚੋਰੀ ਇਹਨਾਂ ਦੀ ਕਿਆ ਬਾਤ ਹੈ, ਇਹਨਾਂ ਦੇ ਮਾਲਪੂੜੇ ਦੀ ਇਹ ਖਾਸੀਅਤ ਅਸੀਂ ਤਾਂ ਬੜੀ ਜਗ੍ਹਾ ਖਾਂਦੇ ਰਹੀਦਾ ਆ। ਇਹਨਾਂ ਦਾ ਮਾਲਪੂੜਾ ਸਪੈਸ਼ਲ ਇਸ ਕਰਕੇ ਲੈਣ ਆਈਦਾ ਸੌਂਦ ਮਹੀਨੇ, ਇਹਨਾਂ ਦੀ ਸਟਫਿੰਗ ਬਹੁਤ ਵਧੀਆ ਹੁੰਦੀ ਆ, ਇਹਨਾਂ ਵਿੱਚ ਖੋਇਆ ਵਗੈਰਾ ਜੋ ਵਿੱਚ ਆਪਣਾ ਕੁਛ ਐਕਸਟਰਾ ਪਿਆਰ ਇਹ ਪਾਉਂਦੇ ਨੇ ਜਾਂ ਉਹਦੇ ਨਾਲ ਟੇਸਟ ਆ ਜਾਂਦਾ ਅਤੇ ਆਨੰਦ ਆ ਜਾਂਦਾ ਉਹਨਾਂ ਦਾ ਖਾ ਕੇ। ਸਾਡੇ ਤਾਂ ਘਰ ਵਾਲੇ ਸਪੈਸ਼ਲ ਕਹਿੰਦੇ ਜਦੋਂ ਸੌਂਦ ਸ਼ੁਰੂ ਹੁੰਦਾ ਕਹਿੰਦੇ ਨੇ ਲੈ ਕੇ ਆਉਣੇ ਉਹਨਾਂ ਕੋਲ। ਖਾਸੀਅਤ ਇਹਨਾਂ ਦੀ ਬਣਾਉਣ, ਇਹਨਾਂ ਦੀ ਕਚੋਰੀ ਦੇ ਵਿੱਚ ਜਿਹੜਾ ਫੀਲਿੰਗ ਹੈ ਉਹ ਸ਼ਾਇਦ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਪੂਰਾ ਇਹਨਾਂ ਨੇ ਮਸਾਲਾ ਜਿਹੜਾ ਪੂਰਾ ਪਾਇਆ ਹੋਇਆ ਇਹਨਾਂ ਨੇ, ਫਸਟ ਕਲਾਸ। ਲੋਕਾਂ ਦਾ ਬਹੁਤ ਪ੍ਰੇਮ ਪਿਆਰ ਆ, ਜਿੰਨਾ ਕਮਾ ਉਨਾ ਥੋੜ੍ਹਾ ਵਾ, ਅਤੇ ਜਿਹੜੀ ਅਸੀਂ ਮਿਹਨਤ ਕਰਦੇ ਪਏ ਹਾਂ ਉਹਦਾ ਪਰਮਾਤਮਾ ਸਾਨੂੰ ਫਲ ਵੀ ਪੂਰਾ ਦੇ ਰਿਹਾ। ਕੜਾਹ ਜਿਹਦਾ ਹੈਗਾ ਇਹ ਭਾਅ ਜੀ ਹੋਗਾ 350 ਰੁਪਏ ਕਿਲੋ, ਕਚੋੜੀ ਜਿਹਦੀ 25 ਰੁਪਈਏ, ਅਤੇ ਪੂੜਾ ਹੈਗਾ 600 ਰੁਪਏ ਕਿਲੋ। ਲੋਕੇਸ਼ਨ ਹੈਗੀ ਨਮਕ ਮੰਡੀ ਚੌਂਕ ਨੀਅਰ ਹਨੂੰਮਾਨ ਮੰਦਿਰ। ਫੋਨ ਨੰਬਰ ਹੈਗਾ ਮੇਰਾ 9803436480।